दोस्तों आप आम ही देखते हैं फिल्मां जां नाटकां दे विच कि कई बार अजिहा हुंदा आ कि कोई इंसान कोई जीव जंतु जां किसी चीज़ नूं कोई होर चीज़ छू देवे उन्हां दे विचों एक चीज़ जिहड़ी है वह पत्थर की बन जाती है भी किसी नूं छूण दे नाल ही असी पत्थर दे बन जाइए उहदे विच जाण नाल या किसी इहो जिही होर चीज़ दे नाल असी पत्थर दे बन जाइए ते इहो जिहा देखा जाए तो कि असलीयत दे विच हुंदा होवेगा तुहाडे विचों बहुतियां दा जवाब होवेगा कि ना इहो जिहा काल्पनिक हो सकता है फिल्मां दे विच हो सकता है पर असलीयत दे विच अजिहा नहीं हो सकता कि कोई चीज़ पत्थर की बन जाए किसी नूं छूण दे नाल किसी दे विच जाण दे नाल पर हैरानी वाली गल आ कि धरती उत्ते इहो जिही एक जगह आ जिथे जाण दे नाल उहनूं छूण दे नाल बंदा जीव जंतु जां कोई होर चीज़ वह पत्थर की मूरत बन के रह जाती है। जी हाँ पर इहदे विच डरन वाली कोई गल नहीं क्योंकि इहदे पिछे भी साइंटिफिक लॉजिक आ साइंस ही सारी काम करती है इस चीज़ के पिछे तो इस बारे अज आप गल करांगे कि यह किवें हुंदा क्यों हुंदा ते कित्थे हुंदा आ। दरअसल जिस चीज़ की जिस जगह की आप गल कर रहे हैं वह फेमस जगह इस धरती उत्ते जिहड़ी है उहदा नाम आ लेक नैट्रन। जी हाँ एक झील आ जिथे गया होया कोई बंदा उहदे विच जदों आप कुद्दे आ जांदे आ तां पत्थर बन जांदे आ। इस बारे गल करांगे कि यह झील किन्नी कु खतरनाक आ किहो जिहे जीव जंतु इत्थे रहिंदे आ ते जेकर कोई बंदा इहदे विच डिग जावे ਤਾਂ ਫਿਰ ਉਹਦੀ ਕੀ ਦਸ਼ਾ ਹੋਵੇਗੀ ਉਹਦੀ ਕੀ ਹਾਲਤ ਹੋਵੇਗੀ। ਤਨਜ਼ਾਨੀਆ ਦੇ ਵਿੱਚ ਇੱਕ ਝੀਲ ਆ ਜੋ ਕਿ ਡੈੱਡ ਸੀ ਦੀ ਤਰ੍ਹਾਂ ਕਿਸੇ ਨਦੀ ਕਿਸੇ ਮਹਾਸਾਗਰ ਦੇ ਵਿੱਚ ਨਹੀਂ ਮਿਲਦੀ। ਚਾਰੇ ਪਾਸਿਆਂ ਤੋਂ ਜ਼ਮੀਨ ਅਤੇ ਪਹਾੜਾਂ ਦੇ ਨਾਲ ਘਿਰੀ ਹੋਣ ਕਰਕੇ ਉੱਥੇ ਪੈਣ ਵਾਲੇ ਨਮਕੀਨ ਮੀਂਹ ਜਿਹਨੂੰ ਕਿ ਸੋਲਟੀ ਰੇਨ ਵੀ ਕਿਹਾ ਜਾਂਦਾ ਹੈ ਅਤੇ ਕੋਈ ਅਜਿਹੀ ਜਿਹੜੀ ਐਸਿਡਿਕ ਕਿਰਿਆ ਆ ਉਹ ਹੋਣ ਦਾ ਕਰਕੇ ਜਦੋਂ ਬਾਕੀ ਦਾ ਜਿਹੜਾ ਸਾਰਾ ਰਹਿੰਦ ਖੂੰਹਦ ਹੁੰਦਾ ਆ ਨਿਕਲਦਾ ਆ ਉਹ ਸਾਰੇ ਨੂੰ ਇਹ ਝੀਲ ਆਪਣੇ ਅੰਦਰ ਸੋਖ ਲੈਂਦੀ ਹੈ ਅਤੇ ਸਭ ਤੋਂ ਵੱਡੀ ਗੱਲ ਜਿਹੜਾ ਇਸ ਚੀਜ਼ ਨੂੰ ਜੋ ਖਤਰਨਾਕ ਬਣਾਉਂਦਾ ਆ ਉਹ ਹੈ ਇਹਦੇ ਕੋਲ ਮੌਜੂਦ ਜਵਾਲਾਮੁਖੀ ਜਿਹਨੂੰ ਆਲ ਡਾਇਨੋ ਲਿੰਗਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਜਵਾਲਾਮੁਖੀ ਦੇ ਵਿੱਚੋਂ ਇੱਕ ਖਾਸ ਕਿਸਮ ਦਾ ਲਾਵਾ ਬਾਹਰ ਨਿਕਲਦਾ ਹੈ ਜਿਹਦੇ ਵਿੱਚੋਂ ਸੋਡੀਅਮ ਪੋਟਾਸ਼ੀਅਮ ਕਾਰਬੋਨੇਟ ਵਰਗੇ ਇਹ ਮਿਨਰਲਸ ਮਿਲਦੇ ਨੇ ਜਿਹਨੂੰ ਨੈਟਰੋਕਾਰਬੋਨੇਟਾਈਟ ਜਾਂ ਫਿਰ ਨੈਟਰੋਨ ਵੀ ਕਿਹਾ ਜਾਂਦਾ ਹੈ ਅਤੇ ਇਸ ਜਵਾਲਾਮੁਖੀ ਦੇ ਵਿੱਚੋਂ ਇਹ ਜਿਹੜੇ ਮਿਨਰਲਸ ਨਿਕਲਦੇ ਆ ਜਦੋਂ ਇਹ ਝੀਲ ਦੇ ਪਾਣੀ ਦੇ ਨਾਲ ਮਿਲ ਜਾਂਦੇ ਨੇ ਅਤੇ ਇਹ ਜਿਹੜਾ ਸੋਲਿਊਸ਼ਨ ਆ ਉਹ ਬਹੁਤ ਜ਼ਿਆਦਾ ਐਲਕੇਲਾਈਨ ਹੋ ਜਾਂਦਾ ਹੈ ਜਿਹਦੀ ਪੀ ਐੱਚ ਵੈਲਿਊ 10.5 ਤੱਕ ਪਹੁੰਚ ਜਾਂਦੀ ਹੈ ਜੋ ਕਿ ਪੀ ਐੱਚ ਅਮੋਨੀਅਮ ਦੇ ਬਰਾਬਰ ਤੱਕ ਹੋ ਜਾਂਦੀ ਹੈ ਅਤੇ ਇਸੇ ਕਰਕੇ ਹੀ ਇਸ ਝੀਲ ਦਾ ਰੰਗ ਵੀ ਜਿਹੜਾ ਉਹ ਪੂਰਾ ਲਾਲ ਦਿਖਾਈ ਦਿੰਦਾ ਹੈ। ਫਿਰ ਇਹ ਝੀਲ ਬੜੀ ਹੀ ਰਿਫਲੈਕਟਿਵ ਆ ਕਿ ਜਿਹੜੇ ਪੰਛੀ ਆ ਚਿੜੀਆਂ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਇਹਦੇ ਵਿੱਚ ਜਾਂਦੇ ਆ ਕਿ ਪਾਣੀ ਦਾ ਲੈਵਲ ਕਿੱਥੇ ਕੁ ਤੱਕ ਆ ਅਤੇ ਜਿਹੜੀਆਂ ਚਿੜੀਆਂ ਜਾਂ ਪੰਛੀ ਇੱਕ ਵਾਰ ਇਸ ਝੀਲ ਦੇ ਵਿੱਚ ਚਲੇ ਗਏ ਦੁਬਾਰਾ ਵਾਪਸ ਪਾਣੀ ਤੋਂ ਬਾਹਰ ਨਹੀਂ ਆ ਸਕਦੀਆਂ। ਇਸੇ ਪਾਣੀ ਦੇ ਵਿੱਚ ਹੀ ਉਹ ਪੱਥਰ ਦੀ ਮੂਰਤੀ ਬਣ ਜਾਂਦੀਆਂ ਨੇ ਉਹ ਕਿਵੇਂ? ਦਰਅਸਲ ਇਹ ਜਿਹੜਾ ਐਲਕੇਲਾਈਨ ਪਾਣੀ ਹੈ ਉਹ ਕੈਮੀਕਲ ਦੀ ਇੱਕ ਪਰਤ ਜਿਹੜੀ ਹੈ ਜਾਂ ਕਹਿ ਲਓ ਕੈਲਸ਼ੀਅਮ ਦੀ ਪਰਤ ਉਹਨਾਂ ਦੇ ਉੱਪਰ ਚਾੜ ਦਿੰਦਾ ਹੈ ਅਤੇ ਉਹ ਪੱਥਰ ਦੀ ਮੂਰਤੀ ਬਣ ਕੇ ਹੀ ਰਹਿ ਜਾਂਦੀਆਂ ਨੇ। 2013 ਦੇ ਵਿੱਚ ਵਾਈਲਡ ਲਾਈਫ ਫੋਟੋਗ੍ਰਾਫਰ ਨਿਕ ਬ੍ਰਾਂਡ ਨੇ ਇਸ ਅਜੀਬੋ ਗਰੀਬ ਝੀਲ ਦੇ ਬਾਰੇ ਦੱਸਿਆ ਕਿ ਇੱਥੋਂ ਚਿੜੀਆਂ ਜਿਹੜੀਆਂ ਆ ਅਗਰ ਇੱਕ ਵਾਰ ਵਿੱਚ ਚਲੀਆਂ ਜਾਂਦੀਆਂ ਨੇ ਤਾਂ ਉੱਥੇ ਪੱਥਰ ਦੀ ਮੂਰਤ ਬਣ ਜਾਂਦੀਆਂ ਨੇ ਬਾਹਰ ਨਿਕਲ ਕੇ ਫਿਰ ਉੱਡ ਨਹੀਂ ਸਕਦੀਆਂ ਅਤੇ ਇਹਨਾਂ ਦੀਆਂ ਉਹਨੇ ਫੋਟੋਆਂ ਵੀ ਖਿੱਚੀਆਂ ਸੀ ਜਿਹੜੀਆਂ ਕਿ ਬਹੁਤ ਪ੍ਰਚਲਿਤ ਹੋਈਆਂ ਤੁਸੀਂ ਵੀ ਉਹਨਾਂ ਫੋਟੋਆਂ ਨੂੰ ਦੇਖ ਸਕਦੇ ਹੋ ਜਿਹਦੇ ਵਿੱਚ ਚਿੜੀਆਂ ਜਾਂ ਪੰਛੀ ਜਿਹੜੇ ਆ ਉਹ ਪੱਥਰ ਦੇ ਮੂਰਤੀ ਜਿਹੜੀ ਆ ਬਣ ਕੇ ਉਸ ਝੀਲ ਦੇ ਵਿੱਚ ਹੀ ਅਟਕੇ ਹੋਏ ਨੇ ਉਹਨਾਂ ਫੋਟੋਆਂ ਦੇ ਵਿੱਚ। ਪਰ ਇਹ ਝੀਲ ਫਲੈਮਿੰਗੋ ਨਾਮ ਦੇ ਇੱਕ ਜੀਵ ਵਾਸਤੇ ਵੀ ਬਹੁਤ ਵਰਦਾਨ ਕਹਿ ਸਕਦੇ ਹਾਂ ਕਿ ਉਹ ਜੀਵ ਇੱਥੇ ਸਰਵਾਈਵ ਕਰ ਸਕਦੇ ਨੇ ਅਤੇ ਉਹਨਾਂ ਨੂੰ ਇੱਥੇ ਕਿਸੇ ਵੀ ਤਰ੍ਹਾਂ ਦੇ ਸ਼ਿਕਾਰੀ ਦਾ ਖਤਰਾ ਬਿਲਕੁਲ ਨਹੀਂ ਰਹਿੰਦਾ ਕਿਉਂਕਿ ਉਹਨਾਂ ਤੋਂ ਬਿਨਾਂ ਬਾਕੀ ਦੇ ਜੀਵ ਜੰਤੂ ਹੋਣ ਸ਼ਿਕਾਰੀ ਹੋਣ ਉਹ ਇੱਥੇ ਆ ਕੇ ਸਰਵਾਈਵ ਹੀ ਨਹੀਂ ਕਰ ਸਕਦੇ ਉਹ ਬਚਣਗੇ ਹੀ ਨਹੀਂ। ਫਲੈਮਿੰਗੋ ਇੱਥੇ ਰਹਿ ਕਿਵੇਂ ਪਾਉਂਦਾ ਆ? ਦਰਅਸਲ ਉਹਦੇ ਜਿਹੜੇ ਸਖਤ ਪੈਰ ਸਖਤ ਚਮੜੀ ਹੈ ਜਿਹੜੀ ਪੈਰਾਂ ਦੀ ਅਤੇ ਲੱਤਾਂ ਲੰਬੀਆਂ ਹੋਣ ਦਾ ਕਰਕੇ ਉਹ ਇਸ ਝੀਲ ਦੇ ਵਿੱਚ ਸਰਵਾਈਵ ਕਰ ਲੈਂਦਾ ਹੈ ਇੱਥੋਂ ਤੱਕ ਕਿ ਇਹ ਜਿਹੜਾ ਪੰਛੀ ਹੈ ਜੀਵ ਆ ਝੀਲ ਦਾ ਪਾਣੀ ਵੀ ਪੀ ਲੈਂਦੇ ਨੇ। ਹੁਣ ਤੁਸੀਂ ਸੋਚੋਗੇ ਕਿ ਇੰਨਾ ਨਮਕੀਨ ਪਾਣੀ ਝੀਲ ਦਾ ਉਹਨੂੰ ਪੀ ਕੇ ਇਹ ਬਚ ਕਿਵੇਂ ਜਾਂਦੇ ਨੇ? ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਸਰੀਰ ਵਿੱਚ ਇੱਕ ਗਲੈਂਡ ਹੁੰਦਾ ਆ ਜੋ ਕੰਮ ਕਰਦਾ ਆ ਪਾਣੀ ਨੂੰ ਇੱਕ ਤਰ੍ਹਾਂ ਨਾਲ ਫਿਲਟਰ ਕਰਨ ਦਾ ਕੰਮ ਕਰਦਾ ਹੈ। ਫਿਲਟਰ ਹੋ ਕੇ ਇਹਨਾਂ ਦੇ ਅੰਦਰ ਪਾਣੀ ਜਾਂਦਾ ਹੈ ਉਹ ਨਮਕੀਨ ਪਾਣੀ ਅਤੇ ਇਸ ਤਰ੍ਹਾਂ ਇਹ ਪਾਣੀ ਨੂੰ ਪੀ ਕੇ ਵਧੀਆ ਗੁਜ਼ਾਰਾ ਕਰ ਲੈਂਦੇ ਨੇ। ਇੱਕ ਹੋਰ ਖਾਸ ਚੀਜ਼ ਜਿਹੜੀ ਹੈ ਇਹਨਾਂ ਪੰਛੀਆਂ ਫਲੈਮਿੰਗੋ ਦੇ ਬਾਰੇ ਉਹ ਇਹ ਹੈ ਕਿ ਪਾਣੀ ਦੇ ਵਿਚਲੀ ਜਿਹੜੀ ਟੌਕਸਿਕ ਐਲਗੇ ਹੈ ਉਹਨੂੰ ਖਾ ਕੇ ਉਹਦੇ ਨਾਲ ਵੀ ਆਪਣਾ ਢਿੱਡ ਭਰ ਸਕਦੀਆਂ ਨੇ। ਹੁਣ ਗੱਲ ਕਰਦੇ ਹਾਂ ਕਿ ਜੇਕਰ ਇੱਕ ਇਨਸਾਨ ਤੁਸੀਂ ਅਸੀਂ ਕੋਈ ਬੰਦਾ
इस नदी दे विच झील दे विच जावे इहदे विच डिग जावे किते अचनचेत तां उहदे नाल की होवेगा की उत्थे सरवाइव कर सकेगा उत्थों बाहर किवें आ सकेगा इस सब बारे सब तो पहला आपां इत्थे इह जाण लैने आ कि इस झील दे पानी दा टैंपरेचर किन्ना गया ਉਹ ਟੈਂਪਰੇਚਰ ਵੱਧ ਤੋਂ ਵੱਧ 60 ਡਿਗਰੀ ਤੱਕ ਪਹੁੰਚ ਜਾਂਦਾ ਹੈ ਅਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਇੰਨੇ ਜ਼ਿਆਦਾ ਟੈਂਪਰੇਚਰ ਵਾਲੇ ਪਾਣੀ ਦੇ ਵਿੱਚ ਜੇਕਰ ਕੋਈ ਬੰਦਾ ਕੁੱਦ ਗਿਆ ਤਾਂ ਫਿਰ ਉਹਦਾ ਸਰੀਰ ਜਲ ਜਾਵੇਗਾ ਉਹ ਬਾਹਰ ਨਹੀਂ ਨਿਕਲ ਸਕਦਾ ਅਤੇ ਦੂਜੀ ਗੱਲ ਮੰਨ ਲਓ ਕਿ ਕੋਈ ਉਦੋਂ ਗਿਆ ਜਦੋਂ ਟੈਂਪਰੇਚਰ ਕਾਫੀ ਘੱਟ ਹੋਵੇ ਤਾਂ ਅਗਰ ਤੁਸੀਂ ਇਹਦੇ ਵਿੱਚ ਛਾਲ ਮਾਰਦੇ ਹੋ ਤਾਂ ਇੰਨਾ ਨਮਕੀਨ ਪਾਣੀ ਹੈ ਕਿ ਇਹਦੇ ਵਿੱਚ ਛਾਲ ਮਾਰਨ 'ਤੇ ਤੁਹਾਨੂੰ ਪੱਥਰਾਂ ਵਰਗੇ ਬੜੇ ਹੀ ਜ਼ਿਆਦਾ ਠੋਸ ਮੋਟੇ ਮੋਟੇ ਮੋਤੀਆਂ ਜਾਂ ਪੱਥਰਾਂ ਵਰਗੀਆਂ ਚੀਜ਼ਾਂ ਇਹਦੇ ਵਿੱਚ ਦਿਖਾਈ ਦੇਣਗੀਆਂ ਮਿਲਣਗੀਆਂ ਦੂਜੀ ਗੱਲ ਕਿ ਤੁਸੀਂ ਇਹਦੇ ਵਿੱਚ ਜੇਕਰ ਛਾਲ ਮਾਰੋਗੇ ਤਾਂ ਇਹ ਮਹਿਸੂਸ ਹੋਵੇਗਾ ਜਿਵੇਂ ਤੁਸੀਂ ਕਿਸੇ ਅਜਿਹੀ ਜਗ੍ਹਾ ਦੇ ਉੱਤੇ ਛਾਲ ਮਾਰ ਦਿੱਤੀ ਜਿੱਥੇ ਬਹੁਤ ਸਾਰੇ ਕੱਚ ਦੇ ਟੁਕੜੇ ਖਿਲਰੇ ਪਏ ਹੋਣ ਪਰ ਇਸ ਝੀਲ ਦੇ ਵਿੱਚ ਇਹ ਨਹੀਂ ਕਿ ਕੋਈ ਬੰਦਾ ਜਾਂ ਤੁਸੀਂ ਮੰਨ ਲਓ ਕਿ ਇਹਦੇ ਵਿੱਚ ਛਾਲ ਮਾਰੀ ਅਤੇ ਤੁਸੀਂ ਉਸੇ ਵੇਲੇ ਹੀ ਪੱਥਰ ਦੀ ਮੂਰਤੀ ਬਣ ਗਏ ਅਜਿਹਾ ਬਿਲਕੁਲ ਨਹੀਂ ਹੈ ਕੋਈ ਬੰਦਾ ਇਹਦੇ ਵਿੱਚ ਜਾਂਦਾ ਹੈ ਉਹ ਕੁਝ ਸਮਾਂ ਰਹਿੰਦਾ ਆ ਉੱਥੇ ਕੁਝ ਦਿਨ ਰਹਿੰਦਾ ਆ ਤਾਂ ਉਸ ਤੋਂ ਬਾਅਦ ਜਿਹੜੀ ਕੈਲਸ਼ੀਅਮ ਦੀ ਪਰਤ ਆ ਉਹਦੇ ਸਰੀਰ 'ਤੇ ਚੜ੍ਹਨੀ ਸ਼ੁਰੂ ਹੋ ਜਾਵੇਗੀ ਅਤੇ ਹੌਲੀ ਹੌਲੀ ਬੰਦਾ ਜਿਹੜਾ ਉੱਥੇ ਪੱਥਰ ਦੀ ਮੂਰਤ ਬਣ ਕੇ ਰਹਿ ਜਾਵੇਗਾ ਅਤੇ ਫਿਰ ਜਿਹੜੀ ਇਹ ਕੈਲਸ਼ੀਅਮ ਦੀ ਪਰਤ ਉਹਦੇ 'ਤੇ ਚੜ੍ਹੀ ਗਈ ਜਦੋਂ ਉਹਨੂੰ ਬੰਦੇ ਨੂੰ ਬਾਹਰ ਕੱਢਿਆ ਜਾਵੇਗਾ ਉਹਦੇ ਤੋਂ ਇਸ ਪਰਤ ਨੂੰ ਉਤਾਰਿਆ ਜਾਵੇਗਾ ਤਾਂ ਉਸ ਬੰਦੇ ਦਾ ਸਰੀਰ ਜਿਹੜਾ ਆ ਜਾਂ ਕਹਿ ਲਓ ਕਿ ਬੰਦਾ ਉੱਥੇ ਖੜਿਆ ਤਾਂ ਮਰ ਜਾਵੇਗਾ ਉਹਦੀ ਜਿਹੜੀ ਲਾਸ਼ ਆ ਉਹ ਬਿਲਕੁਲ ਸਹੀ ਹੋਵੇਗੀ ਗਲੀ ਸੜੀ ਨਹੀਂ ਹੋਵੇਗੀ ਉਸ ਬੰਦੇ ਦੀ ਜਿਹੜਾ ਸਰੀਰ ਆ ਬੋਡੀ ਆ ਉਹ ਸਹੀ ਵਾਲਾ ਹੋਵੇਗਾ ਜਿੱਦਾਂ ਦਾ ਉਹ ਵਿੱਚ ਵੜਿਆ ਸੀ ਕਿਉਂਕਿ ਵੈਸੇ ਬੰਦਾ ਦਾ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਤਾਂ ਉਹਦਾ ਸਰੀਰ ਕੁਛ ਸਮੇਂ ਬਾਅਦ ਗਲਨ ਸੜਨ ਲੱਗ ਜਾਂਦਾ ਹੈ ਪਰ ਇਸ ਝੀਲ ਦਾ ਪਾਣੀ ਜਿਹੜਾ ਆ ਕੈਲਸ਼ੀਅਮ ਦੀ ਪਰਤ ਉਹਦੇ ਉੱਤੇ ਚੜ੍ਹ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਆਪਾਂ ਸਰੀਰ ਨੂੰ ਬਾਹਰ ਕੱਢਦੇ ਹਾਂ ਤਾਂ ਉਸ ਬੰਦੇ ਦੀ ਲਾਸ਼ ਨੂੰ ਇਹ ਜਿਹੜਾ ਝੀਲ ਦਾ ਪਾਣੀ ਹੈ ਡੀਕੰਪੋਜ਼ ਨਹੀਂ ਹੋਣ ਦਿੰਦਾ ਗਲਨ ਸੜਨ ਨਹੀਂ ਦਿੰਦਾ ਖਰਾਬ ਨਹੀਂ ਹੋਣ ਦਿੰਦਾ ਅਤੇ ਮੰਨ ਲਓ ਜੇਕਰ ਤੁਹਾਨੂੰ ਤੈਰਨਾ ਆਉਂਦਾ ਹੈ ਤੁਸੀਂ ਝੀਲ ਦੇ ਵਿੱਚ ਵੜ ਗਏ ਅਤੇ ਉੱਥੋਂ ਤੈਰ ਕੇ ਹੁਣ ਤੁਸੀਂ ਬਾਹਰ ਨਿਕਲਣਾ ਆ ਤਾਂ ਉਹਦੇ ਨਾਲ ਵੀ ਕੀ ਹੋਵੇਗਾ ਕਿ ਝੀਲ ਦਾ ਪਾਣੀ ਇੰਨਾ ਜ਼ਿਆਦਾ ਨਮਕੀਨ ਆ ਉਹਦੇ ਨਾਲ ਤੁਹਾਡੇ ਸਰੀਰ ਉੱਤੇ ਬਹੁਤ ਸਾਰੇ ਜ਼ਖਮ ਹੋ ਜਾਣਗੇ ਤੁਹਾਡੀ ਚਮੜੀ ਜਲ ਜਾਵੇਗੀ ਜਲੇ ਹੋਏ 'ਤੇ ਲੂਣ ਛਿੜਕਣ ਦਾ ਕੰਮ ਹੋਵੇਗਾ ਇੰਨੀ ਖਤਰਨਾਕ ਇਹ ਝੀਲ ਆ ਜਿੱਥੇ ਜਿਹੜੇ ਉਹ ਆਪਾਂ ਪਹਿਲਾਂ ਜਿਨ੍ਹਾਂ ਪੰਛੀਆਂ ਦੀ ਜਿਹੜੇ ਜੀਵ ਜੰਤੂਆਂ ਦੀ ਗੱਲ ਕੀਤੀ ਹੈ ਇੱਕ ਜੀਵ ਜਿਹੜਾ ਉਹ ਹੀ ਇੱਥੇ ਸਰਵਾਈਵ ਕਰ ਸਕਦਾ ਆ ਹੋਰ ਇੱਥੇ ਸਰਵਾਈਵ ਨਹੀਂ ਕਰ ਸਕਦੀ ਇੱਥੋਂ ਦਾ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਹੈ ਨਮਕੀਨ ਪਾਣੀ ਬਹੁਤ ਜ਼ਿਆਦਾ ਹੁੰਦਾ ਆ ਅਤੇ ਬਾਕੀ ਦੀ ਗੱਲ ਜੇ ਕੋਈ ਜ਼ਿਆਦਾ ਸਮੇਂ ਤੱਕ ਇੱਥੇ ਰਹੇ ਤਾਂ ਉਹ ਪੱਥਰ ਦੀ ਮੂਰਤ ਬਣ ਜਾਂਦਾ ਹੈ ਇੰਨੀ ਖਤਰਨਾਕ ਹੈ ਇਹ ਨੈਟਰੋਨ ਝੀਲ ਜੋ ਕਿ ਤਨਜ਼ਾਨੀਆ ਈਸਟ ਅਫਰੀਕਾ ਦੇ ਵਿੱਚ ਪਾਈ ਜਾਂਦੀ ਹੈ ਅਤੇ ਹੁਣ ਜੇਕਰ ਕਿਸੇ ਨੇ ਜ਼ਿੰਦਗੀ ਦੇ ਵਿੱਚ ਇਸ ਝੀਲ ਨੂੰ ਦੇਖਣ ਜਾਣਾ ਹੋਵੇ ਤਾਂ ਉਹ ਕਿਤੇ 1-2-3 ਵਾਰ ਨਹੀਂ ਕਈ ਵਾਰ ਸੋਚੇਗਾ ਕਿ ਇੱਥੇ ਜਾਇਆ ਜਾਵੇ ਜਾਂ ਫਿਰ ਨਾ ਜਾਇਆ ਜਾਵੇ ਅਤੇ ਜਾਣ ਵੇਲੇ ਵੀ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਉਹ ਸਭ ਦੇ ਬਾਰੇ ਅੱਜ ਦੀ ਇਹ ਸਾਡੀ ਵੀਡੀਓ ਉਮੀਦ ਕਰਦੇ ਹਾਂ ਕਿ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਤੇ ਆਪਣੇ ਵਿਚਾਰ ਜਿਹੜੇ ਆ ਉਹ ਸਾਡੇ ਨਾਲ ਤੁਸੀਂ ਸਾਂਝੇ ਜ਼ਰੂਰ ਕਰਿਓ ਤਾਜ਼ਾ ਖਬਰਾਂ ਅਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸੁਰਖਾਬ ਟੀਵੀ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਉੱਤੇ ਦੇਖ ਰਹੇ ਹੋ ਤਾਂ ਸਾਡਾ ਫੇਸਬੁੱਕ ਪੇਜ ਰਹਿਮਤ ਟੀਵੀ ਵੀ ਲਾਈਕ ਅਤੇ ਫੋਲੋ ਕਰ ਲਓ